ਇਦਾਂ ਦੇ ਬੰਦੇ ਘੱਟ ਹੁੰਦੇ ਆ ਜੀ ਜਿਹੜੇ ਕੁਝ ਕਰਨ ਵਾਲੇ ਹੁੰਦੇ ਆ ਜਿਹੜੇ ਦੇਖੋ ਵਿਦਵਾਨ ਨੇ ਜਿਹੜੇ ਬੰਦੇ ਸਾਡੇ ਸਿੱਖ ਧਰਮ ਵਿੱਚ ਪ੍ਰਚਾਰਕ ਨੇ ਜਿਹੜੇ ਸਾਡੇ ਵਰਗੇ ਜਿਹੜੇ ਬੰਦੇ ਪ੍ਰਚਾਰਕ ਨੇ ਜਿਹੜੇ ਬੰਦੇ ਵਿਦਵਾਨ ਨੇ ਜਿਹੜੇ ਉਹ ਇਸ ਫੀਲਡ ਵਿੱਚ ਆਉਂਦੇ ਆ ਜੇ ਤੇ ਇਹ ਸੋਚ ਕੇ ਆਉਣਗੇ ਵੀ ਰੋਜੀ ਰੋਟੀ ਲਈ ਵੀ ਵਧੀਆ ਯਾਰ ਸੈੱਟ ਹੋ ਜਾਾਂਗੇ ਬਾਹਰ ਅੰਦਰ ਜਾਇਆ ਕਰਾਂਗੇ ਲੋਕਾਂ 'ਚ ਪੁੱਛ ਪ੍ਰਤੀਤ ਹੋਊਗੀ ਰੁਜ਼ਗਾਰ ਵਧੀਆ ਮਿਲ ਜੂਗਾ ਗ੍ਰੰਥੀ ਬਣ ਜਾਾਂਗੇ ਕਥਾਵਾਚਕ ਬਣ ਜਾਾਂਗੇ ਕੀਰਤਨੀਏ ਬਣ ਜਾਾਂਗੇ ਮੌਜਾਂ ਲੱਗ ਜਾਣਗੀਆਂ ਉਹ ਬੰਦਿਆਂ ਨੇ ਕੁਝ ਨਹੀਂ ਕਰਨਾ ਰੁਜ਼ਗਾਰ ਹੀ ਮਿਲੇਗਾ ਉਹਨਾਂ ਪਰ ਜਿਹੜੇ ਬੰਦੇ ਇਹ ਸੋਚਦੇ ਆ ਵੀ ਮੈਂ ਕੁਝ ਕਰਨਾ ਹੈ ਤੇ ਕਰਨ ਲਈ ਫਿਰ ਕੀ ਕਰਾਂ ਕਹਿੰਦੇ ਜੀ ਪਹਿਲਾਂ ਵਿਦਿਆ ਪੜ੍ਹਨੀ ਪੈਣੀ ਹੈ ਫਿਰ ਸਾਡੇ ਵਰਗਾ ਬੰਦਾ ਕਿਸੇ ਕਾਲਜ ਵਿੱਚ ਪੜ੍ਹਨ ਜਾਵੇ ਫਿਰ ਕਿਤੇ ਗੁਰਮਤਿ ਦੀ ਪੜ੍ਹਾਈ ਪੜ੍ਹਨ ਜਾਈਏ ਪਰ ਪਹਿਲਾਂ ਇਹ ਨਾ ਮਨ 'ਚ ਹੋਵੇ ਵੀ ਰੁਜ਼ਗਾਰ ਮਿਲੇਗਾ ਬਾਹਰ ਜਾਇਆ ਕਰਾਂਗੇ ਇਹ ਸੋਚੀਏ ਵੀ ਕੁਝ ਕਰਾਂਗੇ ਜਿਵੇਂ ਹੁਣ ਮੰਨ ਲਓ ਧਿਆਨ ਨਾਲ ਸੁਣਿਓ ਵੀ ਜਿਵੇਂ ਹੁਣ ਮੰਨ ਲਓ ਇੱਥੇ ਤੁਸੀਂ ਦੀਵਾਨ ਸੁਣ ਰਹੇ ਹੋ ਕਿੰਨੇ ਬੰਦੇ ਸੁਣਦੇ ਆ ਕਿਸੇ ਦੇ ਮਨ 'ਚ ਆਵੇ ਵੀ ਗੱਲਾਂ ਬਾਤਾਂ ਸੁਣ ਕੇ ਸਾਰੀਆਂ ਵੀ ਯਾਰ ਕਿੱਡਾ ਵਧੀਆ ਮਿਸ਼ਨ ਹੈ ਵੀ ਬੰਦੇ ਕੰਮ ਕਰਦੇ ਆ ਲੋਕਾਂ ਦਾ ਭਲਾ ਹੋ ਰਿਹਾ ਯਾਰ ਚਾਹੀਦਾ ਵੀ ਆਪਾਂ ਵੀ ਇਸ ਜਿਵੇਂ ਕਿ ਗੱਡੀ ਟਾਇਰ ਵੀ ਹੁੰਦੇ ਨੇ ਇੰਜਨ ਵੀ ਹੁੰਦਾ ਹੈ ਸਟੀਅਰਿੰਗ ਵੀ ਹੁੰਦਾ ਹੈ ਵੀ ਕਿਤੇ ਨਾ ਕਿਤੇ ਮੈਨੂੰ ਥਾਂ ਮਿਲ ਜੇ ਮੰਨ ਲਓ ਵੀ ਮੈਂ ਵੀ ਹਿੱਸਾ ਪਾਵਾਂ ਇਹਦੇ 'ਚ ਇੱਕ ਤਾਂ ਹੁੰਦਾ ਹਿੱਸਾ ਪਾਉਣਾ ਵੀ ਜ਼ਿੰਦਗੀ ਦੇ ਇੰਨੇ ਸਾਲ ਯਾਰ ਕੁਰਬਾਨ ਕਰੀਏ ਆਪਣੀ ਜ਼ਿੰਦਗੀ ਦੇ ਇੰਨੇ ਕੁ ਸਾਲ ਆਪਾਂ ਨਾਲ ਲੱਗ ਕੇ ਨਾ ਵੀ ਦਿਨੇ ਆਪਾਂ ਘਰ ਦਾ ਕੰਮ ਕਰ ਲਿਆ ਕਰੀਏ ਸ਼ਾਮ ਨੂੰ ਪਹੁੰਚਿਆ ਕਰੀਏ ਵੀ ਟਾਈਮ ਕੱਢ ਕੇ ਨਾਲ ਜਾਈਏ ਗੱਡੀ ਦਾ ਤੇਲ ਫੂਕੀਏ ਕੁਰਬਾਨ ਹੋਈਏ ਅਸੀਂ ਵੀ ਕੋਈ ਮਾੜਾ ਮੋਟਾ ਕਰੀਏ ਇੱਕ ਤੇ ਹੋ ਗਿਆ ਵਿੱਚ ਬੈਠਾ ਬੰਦਾ ਇਹ ਸੋਚਦਾ ਵੀ ਯਾਰ ਜੇ ਸਾਜ ਸਿੱਖਣ ਨੂੰ ਕਹਿਣਗੇ ਸਾਜ ਸਿੱਖ ਲਾਂਗੇ ਜੇ ਗੱਡੀ ਚਲਾਉਣ ਨੂੰ ਕਹਿਣਗੇ ਗੱਡੀ ਚਲਾ ਲਾਂਗੇ ਲੰਗਰ 'ਚ ਕਹਿਣਗੇ ਲੰਗਰ 'ਚ ਲੱਗ ਜਾਾਂਗੇ ਮੰਨ ਲਓ ਵੀ ਵਧੀਆ ਵੀ ਅਸੀਂ ਵੀ ਕੁਝ ਯੋਗਦਾਨ ਪਾਈਏ ਫਰਕ ਹੈ ਨਾ ਅਸੀਂ ਕੁਝ ਹਿੱਸਾ ਪਾਈਏ ਚਾਹੇ ਜੇਬ 'ਚੋਂ ਪਾਈਏ ਪੈਸੇ ਤਨ ਕਰਕੇ ਪਾਈਏ ਫਿਜ਼ੀਕਲੀ ਨਾਲ ਲੱਗੀਏ ਵੀ ਖੜੀਏ ਅੱਗੇ ਲੱਗ ਕੇ ਚਟਾਨ ਵਾਂਗੂ ਵੀ ਖੜੇ ਆ ਸਾਡੇ ਵੱਜੇ ਗੋਲੀ ਜਿਹੜੀ ਵੱਜਣੀ ਹੈ ਇਦਾਂ ਹੋ ਗਈ ਨਾ ਗੱਲ ਤਨ ਕਰਕੇ ਨਾਲ ਖੜੀਏ ਜਾਂ ਭਾਈ ਫਿਰ ਆਪਾਂ ਕੋਈ ਹੈਲਪ ਕਰ ਦਈਏ ਵੀ ਨਾਲ ਕਿਵੇਂ ਨਾ ਕਿਵੇਂ ਸਾਡਾ ਹਿੱਸਾ ਪਵੇ ਹੋ ਗਈ ਗੱਲ ਇੱਕ ਬੰਦਾ ਤੁਹਾਡੇ 'ਚ ਬੈਠਾ ਐਂ ਸੋਚਦਾ ਹੈ ਵਿੱਚੇ ਹੀ ਵੀ ਯਾਰ ਬਾਬਿਆਂ ਦੇ ਨਾਲ ਜੇ ਮੰਨ ਲਓ ਵੀ ਮੈਨੂੰ ਜਥੇ 'ਚ ਰੱਖ ਲੈਣ ਫਿਰ ਚੋਲਾ ਚਿੱਟਾ ਹੈ ਮੇਰੇ ਤੇ ਮੇਲੇ ਜੇ ਪਾਏ ਇੱਥੇ ਤੇ ਚਿੱਟਾ ਮਿਲੂ ਪਾਉਣ ਨੂੰ ਕੱਪੜੇ ਵੀ ਦੇਣਗੇ ਫਿਰ ਉਦੋਂ ਬਾਅਦ ਐਂ ਬੈਠਾ ਬੈਠਾ ਸੋਚੇ ਵੀ ਯਾਰ ਗੱਡੀ ਵੀ ਵਧੀਆ ਏਸੀ ਹੈ ਬਹਿਣ ਵਾਲੀ ਗੱਡੀ ਵੀ ਗਰਮੀ 'ਚ ਨਹੀਂ ਮਰਨਾ ਪਊ ਨਾਲੇ ਗੁਰਦੁਆਰੇ ਲਾਈਟ ਉੱਥੇ ਤੇ ਜੇ ਲਾਈਟ ਭੱਜ ਜਾਂਦੀ ਜਨਰੇਟਰ ਚੱਲ ਪੈਂਦਾ ਏਸੀ ਤੇ ਲੱਗਾ ਹੀ ਹੋਣਾ ਕੂਲਰ ਸਾਡੇ ਘਰੇ ਤੇ ਲਾਈਟ ਆਉਂਦੀ ਨਹੀਂ ਉਹਦੇ ਕੂਲਰ ਚੱਲਦਾ ਹੀ ਹੋਣਾ ਲੰਗਰ 'ਚ ਬਹਿ ਕੇ ਕਵੇ ਵੀ ਯਾਰ ਸਬਜ਼ੀ ਰੋਟੀ ਵੀ ਵਧੀਆ ਮਿਲ ਜਾਂਦੀ ਹੈ ਇਦਾਂ ਸੋਚਿਓ ਧਿਆਨ ਨਾਲ ਬਾਕੀ ਜਾ ਕੇ ਵੇਖੇ ਵੀ ਬੰਦਿਆਂ ਨੂੰ ਤਨਖਾਹਾਂ ਵੀ ਦਿੰਦੇ ਯਾਰ ਇਹ ਤੇ ਵੀ ਮੈਨੂੰ ਵੀ 5 7 10 ਹਜ਼ਾਰ ਤਨਖਾਹ ਮਿਲਿਆ ਕਰੂਗੀ ਸੋਚ ਲਿਆ ਉਦੋਂ ਬਾਅਦ ਐ ਪਤਾ ਲੱਗ ਗਿਆ ਵੀ ਮਾੜਾ ਮੋਟਾ ਘਰ ਲਈ ਵੀ ਪੈਸੇ ਦੇ ਦੇਣਗੇ ਵੀ ਘਰ ਬਣਾ ਲੈ ਜਾਂ ਮਾੜਾ ਮੋਟਾ ਉਹ ਹੋਰ ਇੱਛਾ ਜਾਗ ਪਈ ਤੇ ਜੇ ਪਤਾ ਲੱਗ ਗਿਆ ਵੀ ਅਮਰੀਕਾ ਲੈ ਜਾਣਗੇ ਜਾਂ ਬਾਹਰ ਵੀ ਲੈ ਜਾਣਗੇ ਫਿਰ ਅਗਲਾ ਕਹਿੰਦਾ ਇਦੋਂ ਵਧੀਆ ਕੰਮ ਕੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਫਰਕ ਹੈ ਦੋਨਾਂ 'ਚ ਇੱਕ ਕੁਛ ਲੈਣ ਤੁਰਿਆ ਤੇ ਇੱਕ ਕੁਛ ਬੋਲੋ ਦੇਣ ਤੁਰਿਆ ਇਹਨਾਂ ਦੋਨਾਂ ਗੱਲਾਂ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਜਿੰਨੇ ਵੀ ਬੰਦੇ ਚੇਤਾ ਰੱਖਣ ਵਾਲੀ ਗੱਲ ਹੈ ਇਹ ਪੱਕੀ ਦਿਮਾਗ 'ਚ ਰੱਖਿਓ ਧਰਮ ਹੈ ਨਾ ਜਿਹੜਾ ਧਰਮ ਇਹ ਲੈਣ ਦਾ ਵਿਸ਼ਾ ਹੈ ਇਹ ਕੁਰਬਾਨ ਹੋਣ ਦਾ ਵਿਸ਼ਾ ਹੈ ਇਹ ਤੇ ਸਾਡੇ ਵਿੱਚ ਇਹ ਗੱਲ ਆ ਗਈ ਅਗਲਾ ਕਹਿੰਦਾ ਯਾਰ ਮੇਰਾ ਘਰ ਬਣਾ ਦਿਓ ਮੈਂ ਸਿੱਖ ਬਣ ਜਾਵਾਂ ਮੈਂ ਤੁਹਾਡੇ ਨਾਲ ਜੁੜ ਜੂ ਮੈਨੂੰ ਨਾ ਆ ਘਰ ਜਿਹਾ ਬਣਾ ਦਿਓ ਮੇਰਾ ਮੈਂ ਪੱਕਾ ਅੰਮ੍ਰਿਤ ਛਕ ਲੂੰ ਮੈਂ ਸਿੱਖ ਬਣ ਜੂ ਮੇਰੇ ਵਾਸਤੇ ਮੇਰੇ ਲਈ ਆਹ ਕਰ ਦਿਓ ਫਿਰ ਮੈਂ ਤੁਹਾਡੇ ਨਾਲ ਪੱਕਾ ਜੁੜ ਜੂ ਤੁਸੀਂ ਸੋਚ ਕੇ ਵੇਖੋ ਇਦਾਂ ਬੰਦੇ ਖਰੀਦੇ ਜਾਂਦੇ ਐ ਕੁਰਬਾਨ ਨਹੀਂ ਹੁੰਦੇ ਆ ਤੁਹਾਡੇ ਸਾਹਮਣੇ ਫਤਿਹਗੜ੍ਹ ਸਾਹਿਬ ਹੈ ਮੋਤੀ ਰਾਮ ਨੇ ਇਹ ਕਿਹਾ ਸੀ ਮੈਨੂੰ ਕੀ ਮਿਲੂ
ਸਾਰਾ ਟੱਬਰ ਉਹਦਾ ਕੋਲੂ ਵਿੱਚ ਪੀੜ ਦਿੱਤਾ ਗਿਆ ਸਾਰਾ ਪਰਿਵਾਰ ਇੱਕ ਦੁੱਧ ਪਿਉਣ ਦੇ ਪਿੱਛੇ ਕੁਰਬਾਨ ਕਰਤਾ ਅਗਲੇ ਬਚਿੱਤਰ ਸਿੰਘ ਵਰਗੇ ਲੈਣ ਗਏ ਸੀ ਕੁਝ ਤਾਰੂ ਸਿੰਘ ਵਰਗੇ ਭਾਈ ਤਾਰੂ ਸਿੰਘ ਵਰਗੇ ਭਾਈ ਮਨੀ ਸਿੰਘ ਜੀ ਵਰਗੇ ਇਹ ਸੋਚ ਕੇ ਤੁਰੇ ਸੀ ਵੀ ਗੁਰੂ ਗੋਬਿੰਦ ਸਿੰਘ ਕੋਲ ਚੱਲਦੇ ਆ ਯਾਰ ਸਾਨੂੰ ਸੈੱਟ ਕਰ ਦੇਣਗੇ ਸਾਡੀ ਲਾਈਫ ਸੈੱਟ ਹੋ ਜਾਏਗੀ ਕੀ ਇਹ ਸੋਚ ਕੇ ਗੁਰੂ ਗੋਬਿੰਦ ਸਿੰਘ ਕੋਲ ਗਏ ਸੀ ਵੀ ਗੁਰੂ ਗੋਬਿੰਦ ਸਿੰਘ ਕੋਲ ਚੱਲਦੇ ਆ ਜਾਂ ਗੁਰੂ ਨਾਨਕ ਪਾਤਸ਼ਾਹ ਨਾਲ ਚੱਲਦੇ ਆ ਜਾਂ ਗੁਰੂ ਅਰਜਨ ਦੇਵ ਜੀ ਕੋਲ ਚੱਲਦੇ ਆ ਵੀ ਬੜੀ ਮੌਜ ਲੱਗਣੀ ਹੈ ਇਹ ਸੋਚ ਕੇ ਗਏ ਸੀ ਸਾਰੇ ਉਹ ਤੇ ਸਾਰੇ ਇਹ ਸੋਚ ਕੇ ਗਏ ਸੀ ਚਲੋ ਗੁਰੂ ਵੀ ਕੁਰਬਾਨ ਹੋਣ ਵਾਲਾ ਹੈ ਆਪਾਂ ਵੀ ਨਾਲ ਕੁਰਬਾਨ ਹੋਈਏ ਸਤਿ ਸ੍ਰੀ ਅਕਾਲ ਐਦਾਂ ਇਹ ਤੇ ਹੁਣ ਹੁਣ ਆ ਗੱਲਾਂ ਆਈਆਂ ਹੁਣ ਪ੍ਰਧਾਨਗੀਆਂ ਨੇ ਗੋਲਕਾਂ ਦੀ ਗੱਲ ਹੈ ਸਾਰੀ ਕਮੇਟੀਆਂ ਗੋਲਕਾਂ ਸ਼੍ਰੋਮਣੀ ਕਮੇਟੀ ਗੋਲਕਾਂ ਸਾਡੇ ਵਰਗੇ ਗੋਲਕਾਂ ਸਭ ਗੋਲਕਾਂ ਪ੍ਰਚਾਰਕ ਸਾਰਾ ਕੁਝ ਅੱਜ ਹੁਣ ਗੋਲਕਾਂ ਹੀ ਗੋਲਕਾਂ ਆ ਰਹੇ ਦੁਆਲੇ ਪੈਸਾ ਹੀ ਪੈਸਾ ਹੈ ਅਗਰਾਈਆਂ ਹੀ ਅਗਰਾਈਆਂ ਹੈ ਜੀ ਹੁਣ ਹੁਣ ਅਗਰਾਈਆਂ ਹੈ ਕੁਰਬਾਨੀਆਂ ਕਿੱਥੇ ਹੈ ਜੀ ਤੇ ਕੁਰਬਾਨ ਹੋਣ ਨੂੰ ਧਰਮ ਕਹਿੰਦੇ ਹੈ ਦੇਣ ਨੂੰ ਲਟਾਉਣ ਨੂੰ ਇਕੱਠਾ ਕਰਨ ਨੂੰ ਧਰਮ ਨਹੀਂ ਕਹਿੰਦੇ ਸੋਚ ਬਿਰਤੀ ਸਰੀਰ ਕਰਕੇ ਤੇ ਕਹਿੰਦਾ ਸੇਵਾਦਾਰ ਆ ਅਸੀਂ ਸਰੀਰ ਕਰਕੇ ਕਹਿੰਦਾ ਮੈਂ ਸੇਵਾਦਾਰ ਆ ਪਰ ਬਿਰਤੀ ਤੇਰੀ ਕਹਿੰਦੀ ਹੈ ਇਕੱਠਾ ਕਰਨਾ ਲਟਾਉਣ ਦੀ ਬਿਰਤੀ ਕਿੱਥੇ ਹੈ ਕੁਰਬਾਨ ਹੋਣ ਦਾ ਜਜ਼ਬਾ ਕਿੱਥੇ ਹੈ ਨਹੀਂ ਤੇ ਚੇਤਾ ਰੱਖਿਓ ਜੀ ਧਰਮ ਕੁਰਬਾਨੀ ਦਾ ਨਾਂ ਹੈ ਬੋਲੋ ਧਰਮ ਕੁਰਬਾਨੀ ਦਾ ਨਾਂ ਹੈ ਕੁਛ ਦੇਣ ਵਾਸਤੇ ਤੁਰ ਤੇ ਜਦੋਂ ਕੋਈ ਬੰਦਾ ਇਦਾਂ ਤੁਰਦਾ ਹੈ ਨਾ ਚੇਤਾ ਰੱਖੋ ਕਦਰ ਉਸੇ ਦੀ ਪੈਣੀ ਹੈ ਉਸੇ ਦੀ ਕਦਰ ਪੈਣੀ ਹੈ ਬਸ ਫਿਰ ਗੱਲ ਅੱਗੇ ਤੁਰੇਗੀ